ਪੰਜਾਬ ਦੇ ਨਵਾਂ ਸ਼ਹਿਰ ਦਾ ਪਿੰਡ ਪੱਥਲਵਾਂ ਅਗਲੇ 14 ਦਿਨਾਂ ਲਈ ਪੂਰੀ ਦੁਨੀਆ ਤੋਂ ਕੱਟਿਆ ਰਹੇਗਾ। ਜੀ ਹਾਂ, ਪੂਰਾ ਪਿੰਡ ਕਰ ਦਿੱਤਾ ਗਿਆ ਹੈ ਸੀਲ ਅਤੇ ਇਸ ਪਿੰਡ ਦੇ ਕਿਸੇ ਵੀ ਬਸ਼ਿੰਦੇ ਨੂੰ ਪਿੰਡ ਤੋਂ ਬਾਹਰ ਨਿਕਲਣ ਦੀ ਕੋਈ ਮਨਜ਼ੂਰੀ ਨਹੀਂ। ਅਸਲ ਵਿੱਚ ਬੰਗਾ ਨੇੜੇ ਪੈਂਦਾ ਪਿੰਡ ਪੱਥਲਵਾਂ ਉਹੀ ਪਿੰਡ ਹੈ ਜਿੱਥੋਂ 70 ਸਾਲਾ ਮਰੀਜ਼ ਕੋਰੋਨਾ ਵਾਇਰਸ ਦਾ ਪੋਜ਼ਿਟਿਵ ਪਾਇਆ ਗਿਆ ਸੀ। ਉਹ ਜਰਮਨੀ ਤੋਂ ਵਾਇਆ ਇਟਲੀ ਵਾਪਸ ਪਰਤਿਆ ਸੀ ਅਤੇ ਕੋਰੋਨਾ ਵਾਇਰਸ ਦਾ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਬੀਤੇ ਕੱਲ ਉਸਦੀ ਮੌਤ ਹੋ ਗਈ ਸੀ। ਇਸ ਬਜ਼ੁਰਗ ਮਰੀਜ਼ ਦੇ ਸੰਪਰਕ ਵਿੱਚ ਆਏ 17 ਲੋਕਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ, ਜਿਸ 'ਚ ਉਸਦੇ 12 ਪਰਿਵਾਰਕ ਮੈਂਬਰ ਹਨ। 3 ਹਸਪਤਾਲ ਦਾ ਸਟਾਫ ਹੈ ਤਾਂ 1 ਨੇੜਲੇ ਪਿੰਡ ਚੀਕਾ ਦਾ ਵਾਸੀ ਹੈ ਜੋ ਉਸਦੇ ਨਾਲ ਹੀ ਬਾਹਰੋਂ ਆਇਆ ਸੀ। 2200 ਦੀ ਆਬਾਦੀ ਵਾਲੇ ਪਿੰਡ ਪੱਥਲਵਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ। ਮ੍ਰਿਤਕ ਮਰੀਜ਼ ਦੇ ਪਰਿਵਾਰ ਵਿੱਚ 3 ਪੁੱਤਰ, ਉਹਨਾਂ ਦੀਆਂ ਪਤਨੀਆਂ, 6 ਬੱਚੇ ਸ਼ਾਮਲ ਹਨ। ਸੋ ਸਾਰੇ ਪਰਿਵਾਰ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਪਿੰਡ ਦੇ ਸਾਰੇ 8 ਐਂਟਰੀ ਪੁਆਇੰਟ ਸੀਲ ਕਰ ਦਿੱਤੇ ਗਏ ਹਨ। ਪਿੰਡ 'ਚ ਰੋਜ਼ਮਰਾ ਦੀ ਲੋੜ ਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ। ਸਾਰੇ ਪਿੰਡ ਵਾਸੀਆਂ ਨੂੰ ਅਗਲੇ 14 ਦਿਨਾਂ ਤੱਕ ਘਰਾਂ 'ਚ ਹੀ ਰਹਿਣ ਨੂੰ ਕਿਹਾ ਗਿਆ ਹੈ। ਪਿੰਡ ਨੂੰ ਥੋੜ੍ਹਾ ਜਿਹਾ ਬੈਰੀਕੇਡ ਕਰਕੇ ਪੂਰੇ ਪਿੰਡ ਦੀ ਅਸੀਂ ਇੰਸਪੈਕਸ਼ਨ ਕਰਦੇ ਪਏ ਨੇ, ਠੀਕ ਹੈ। ਸਭ ਦਾ ਮੈਡੀਕਲ ਸਟੇਟਸ ਚੈੱਕ ਕਰਦੇ ਪਏ ਹਾਂ। ਇਹਦੇ ਵਿੱਚ ਕਿਸੇ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ, ਠੀਕ ਹੈ। ਕੋਈ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ। ਇਹ ਇੱਕ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰੀਕੋਸ਼ਨਰੀ ਮੇਜਰ ਹੈਗਾ, ਤਾਂ ਅੱਗੇ ਮ੍ਰਿਤਕ ਬਜ਼ੁਰਗ 7 ਮਾਰਚ ਨੂੰ ਵਾਪਸ ਪਰਤਿਆ ਸੀ। ਉਹ ਜਰਮਨੀ 'ਚ ਵਾਪਸ ਆਉਂਦਿਆਂ 2-3 ਦਿਨ ਇੱਟੀ ਰੁਕਿਆ ਸੀ। ਪਿੰਡ ਵਿੱਚ ਕਰਿਆਨੇ ਦੀ ਦੁਕਾਨ ਬਣਾਈ ਗਈ ਹੈ ਜਿੱਥੋਂ ਪਿੰਡ ਵਾਲੇ ਲੋੜ ਦਾ ਸਮਾਨ ਲੈ ਸਕਦੇ ਹਨ। ਹੈਲਪਲਾਈਨ ਨੰਬਰ ਵੀ ਵਕਤ ਤੋਂ ਜਾਰੀ ਕੀਤਾ ਗਿਆ ਹੈ ਅਤੇ ਸਭ ਦੇ ਸੈਂਪਲ ਲੈ ਜਾ ਰਹੇ ਹਨ। ਸਥਾਨਕ ਪ੍ਰਸ਼ਾਸਨ ਮੁਤਾਬਕ 7 ਮਾਰਚ ਤੋਂ ਬਾਅਦ ਇਹ ਬਜ਼ੁਰਗ ਇੱਥੇ ਕਈ ਲੋਕਾਂ ਦੇ ਸੰਪਰਕ ਵਿੱਚ ਆਇਆ। ਅਸਲ ਵਿੱਚ ਪਿੰਡ ਪੱਥਲਵਾਂ ਵਿੱਚ ਇੱਕ ਡੇਰੇ 'ਚ ਰੋਜ਼ਾਨਾ ਕੀਰਤਨ ਹੁੰਦਾ ਹੈ, ਸੋ ਇਸ ਦੌਰਾਨ ਉਸਦਾ ਕਈ ਲੋਕਾਂ ਨਾਲ ਰਾਬਤਾ ਹੋਇਆ। ਸਭ ਦੀ ਜਾਂਚ ਕੀਤੀ ਜਾ ਰਹੀ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।